ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਆਪਣਾ 15ਵਾਂ ਚੈਪਟਰ ਸੁਰਪਾਸੋ ਬਾਰੇ ਸ਼ੁਰੂ ਕਰਦੇ ਹਾਂ ਜੀ। ਥੋੜ੍ਹੀ ਜਿਹੀ ਸਕਰੀਨ ਬੜੀ ਕਰ ਲਈ ਜੀ। ਹਾਂਜੀ ਇੱਦਾਂ ਠੀਕ ਹੈ। ਇਲ ਕੁੰਦੂਚੈਂਦੇ ਜਾਣੀ ਡਰਾਈਵਰ ਕਿ ਇੰਤੈਂਦੇ ਸੁਰਪਾਸਾ ਜਿਹੜਾ ਓਵਰਟੇਕ ਕਰਨਾ ਚਾਹਤਾ ਦੇਵੇ ਅਚਰਤਾਰ ਸੀ। ਉਹਨੂੰ ਇਸ ਗੱਲ ਦਾ ਸਪਸ਼ਟੀਕਰਨ ਲੈਣੀ ਚਾਹੀਦੀ, ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਲਾ ਵਿਜੀਬਿਲਿਤਾ ਸੀ ਆ ਤਾਲੇ ਦਾ ਕੁਨਸੈਂਤਰੇਲਾ ਮਨੋਬਰ। ਵਿਜੀਬਿਲਿਤਾ ਜਾਣੀ ਕਹਿਣ ਦਾ ਭਾਵ ਵੀ ਉਹਨੂੰ ਇੰਨਾ ਦਿਸਦਾ ਹੋਵੇ ਤਾਲੇ ਦਾ ਇਸ ਤਰ੍ਹਾਂ ਦਾ ਕੁਨਸੈਂਤਰੇਲਾ ਮਨੋਬਰਾ ਵੀ ਉਹ ਆਪਣਾ ਮਨੋਬਰਾ ਕਰ ਸਕੇ। ਮਨੋਬਰਾ ਹੁੰਦਾ ਜਿਹੜਾ ਉਹਨੇ ਓਵਰਟੇਕ ਕਰਨਾ। ਮਨੋਬਰੇ ਨੂੰ ਅਸੀਂ ਹਰਕਤ ਕਹਿ ਸਕਦੇ, ਜੋ ਅਸੀਂ ਕਰਨ ਜਾ ਰਹੇ ਹਾਂ ਉਹ ਮਨੋਬਰਾ ਕਹਿੰਦੇ ਉਹਨੂੰ ਅਸੀਂ। ਇਲ ਕੁੰਦੂ ਚੈਨ ਤੇ ਕੀਨ ਤੈਨ ਦੇ ਸੁਰ ਪਰਸਾ ਦੇ ਜਿਹੜਾ ਬੰਦਾ ਓਵਰਟੇਕ ਕਰਨਾ ਚਾਹੁੰਦਾ ਦੇਵੇ ਚਰਤਾਰ ਸੀ। ਉਹਨੂੰ ਇਸ ਗੱਲ ਦਾ ਇਹ ਗੱਲ ਕਲੀਅਰ ਕਰ ਲੈਣੀ ਚਾਹੀਦੀ। ਹਾਂਜੀ ਕਲੀਅਰ ਕਰਨਾ, ਚਰਤਾਰ ਸੀ ਮਤਲਬ ਕਲੀਅਰ ਕਰਨਾ ਕਿ ਲਾ ਮਨੋਬਰਾ ਪੋਸ ਕੰਪਿਅਰ ਸੀ ਵੀ ਜਿਹੜਾ ਅਸੀਂ ਹਰਕਤ ਜੋ ਅਸੀਂ ਕਰਨ ਜਾ ਰਹੇ ਹਾਂ ਉਹ ਹੋ ਸਕੇ ਸੈਂਸਾ ਕੁਸ਼ਤ ਰੋਈ ਰਹੇ ਇੰਤਰਾਲ 'ਚੋਂ ਬਿਨਾਂ ਕਿਸੇ ਰੁਕਾਵਟ ਬਣੇ। ਕਹਿਣ ਦਾ ਭਾਵ ਪਿਛਲੀਆਂ ਗੱਡੀਆਂ ਜਿਹੜੀਆਂ ਆ ਲਈ ਉਹਨਾਂ ਲਈ ਬਿਨਾਂ ਰੁਕਾਵਟ ਬਣੇ ਤੋਂ ਅਸੀਂ ਇਹ ਆਪਣਾ ਮਨੋਬਰਾ ਪੂਰਾ ਕਰ ਸਕੀਏ। ਇਲ ਕੁੰਦੂ ਚੈਨ ਤੇ ਕਹਿੰਦੇ ਇਹਦੇ ਸੁਰਪਾਸ ਸਾਰੇ ਦੇਵਾ ਚਰਤਾਰ ਸੀ। ਉਹਨੂੰ ਇਸ ਗੱਲ ਨੂੰ ਕਲੀਅਰ ਕਰਨਾ ਚਾਹੀਦਾ ਕਿ ਇਲ ਕੁੰਦੂ ਚੈਨ ਤੇ ਕਿਲੋ ਪ੍ਰਚੇ ਦੇ ਵੀ ਜਿਹੜਾ ਬੰਦਾ ਉਹਦੇ ਜਾ ਰਿਹਾ ਨੈਲਸ ਤੇਸਾ ਕੁਰਸੀ ਆ ਉਸੇ ਲੈਨ ਦੇ ਵਿੱਚ ਨੌ ਨਾਭੀਆਂ ਛਈਆਂ ਲਾ ਤੋਂ ਦੀ ਬੋਲੇ ਕੁੰਪੀਅਰ ਅਨਾਲੋਗਾ ਮਨੋਬਰਾ। ਅਨਾਲੋਗਾ ਮਨੋਬਰਾ ਜਾਂ ਫਿਰ ਸਤੇਸ਼ਾ ਮਨੋਬਰਾ ਇੱਕੋ ਹੀ ਗੱਲ ਆ ਵੀ ਜਿਹੜਾ ਉਹਦੇ ਪਿੱਛੇ ਬੰਦਾ ਜਾ ਰਿਹਾ। ਇਲ ਕੁੰਦੂ ਚੈਨ ਤੇ ਕਿਲੋ ਪ੍ਰਚੇ ਦੇ ਜਿਹੜਾ ਉਹਦਾ ਪਿੱਛੇ ਬੰਦਾ ਜਾ ਰਿਹਾ ਨੈਲਾ ਸਤੇਸ਼ਾ ਕੋਰਸੀ ਆ ਉਹੀ ਲੈਨ ਵਿੱਚ ਨੌ ਨਾਭੀਆਂ ਛਈਆਂ ਲਾ ਤੋਂ ਉਹਨੇ ਸਿਗਨਲ ਨਾ ਦਿੱਤਾ ਹੋਵੇ ਦੀ ਬੋਲੇ ਕੁੰਪੀਅਰ ਕੁੰਪੀਅਰ ਹੁੰਦਾ ਕਿਸੇ ਚੀਜ਼ ਨੂੰ ਕਰਨ ਅਨਾਲੋਗਾ ਮਨੋਬਰਾ ਵੀ ਉਹੀ ਮਨੋਬਰਾ ਉਹ ਵੀ ਕਰਨ ਦੇ ਬਾਰੇ ਸੋਚ ਨਾ ਰਿਹਾ ਹੋਵੇ। ਇਸ ਕਰਕੇ ਵੇਰਵਾ ਇਲ ਕੁੰਦੂ ਚੈਨ ਤੇ ਕਹਿੰਦੇ ਹਨ ਤੇ ਸੁਰਪਰਸ਼ਰ ਦੇ ਵਿੱਚ ਚਰਤਾਰ ਸੀ। ਉਹਨੂੰ ਇਸ ਗੱਲ ਨੂੰ ਕਲੀਅਰ ਕਰਨਾ ਚਾਹੀਦਾ ਕਿ ਇਲ ਕੁੰਦੂ ਚੈਨ ਤੇ ਕਿਲੋ ਸ਼ੇਵ ਕਿ ਜਿਹੜਾ ਉੱਥੋਂ ਅੱਗੇ ਜਾ ਰਿਹਾ ਆਪਣਾ ਗੱਡੀ ਲੈ ਕੇ ਸੁਲਸ ਤੇਸਾ ਕਰੇ ਜਾ ਤਾਂ ਉਹੀ ਸੜਕ ਦੇ ਉੱਤੇ ਨੋ ਨਾਭੀਆ ਇਨਿਸਿਆ ਤੋਂ ਸੁਰਪਾਸੋ ਵੀ ਉਹਨੇ ਵੀ ਮੋਰਲੇ ਬੰਦਾ ਜਿਹੜਾ ਸਾਡੇ ਜਾ ਰਿਹਾ ਉਹਨੇ ਵੀ ਇੰਡੀਕੇਟਰ ਲਾ ਕੇ ਓਵਰਟੇਕ ਕਰਨਾ ਨਾ ਸ਼ੁਰੂ ਕੀਤਾ ਹੋਵੇ ਨਾ। ਜਾਣੀ ਇਹ ਗੱਲ ਦਾ ਖਿਆਲ ਰੱਖਣਾ ਵੀ ਇੱਕ ਜਿਹੜਾ ਬੰਦਾ ਅੱਗੇ ਜਾ ਰਿਹਾ ਉਹ ਵੀ ਓਵਰਟੇਕ ਨਾ ਕਰਨ ਲੱਗਾ ਹੋਵੇ, ਜਿਹੜਾ ਤੁਹਾਡੇ ਪਿੱਛੇ ਆਵੇ ਉਹ ਵੀ ਓਵਰਟੇਕ ਨਾ ਕਰਨ ਲੱਗਾ ਹੋਵੇ। ਕਹਿਣ ਦਾ ਭਾਵ ਤੁਸੀਂ ਇੱਕ ਦੂਜੇ 'ਤੇ ਨਾ ਫਸੋ ਜੀ। ਇਹ ਕੁੰਦੂ ਚੈਨ ਤੇ ਕਹਿੰਦੇ ਹਨ ਸੁਰਪਾਸ ਸਾਰੇ ਦੇਵਿਆ ਚਰਤਾਰ ਸੀ। ਉਹਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ, ਇਸ ਗੱਲ ਨੂੰ ਧਿਆਨ ਰੱਖਣਾ ਚਾਹੀਦਾ, ਇਸ ਗੱਲ ਨੂੰ ਕਲੀਅਰ ਕਰਨਾ ਚਾਹੀਦਾ ਕਿ ਰਸਤਾ ਰਸੀਆ ਲੀਬਰਾ ਫਿਰ ਸੜਕ ਖਾਲੀ ਹੋਵੇ ਫਿਰ ਕੌਨਸੈਂਤਰੇ ਵੀ ਜਿਸ ਕੌਨਸੈਂਤਰੇ ਹੁੰਦੇ ਇਜਾਜ਼ਤ ਦੇਣਾ ਇੱਥੇ ਮਤਲਬ ਕਿ ਹੋਣ ਲਈ ਲਾ ਕੰਪਲੀਟ ਤਾਂ ਇਜੂ ਕੁਛ ਉਹਨੇ ਦਾ ਸੁਰਪਾਸੋ ਇਹੀ ਕੁਛ ਉਹਨੇ ਹੁੰਦਾ ਵੀ ਕਿਸੇ ਚੀਜ਼ ਨੂੰ ਕਰਨਾ ਸੁਰਪਾਸੋ ਕਹਿਣ ਦਾ ਮਤਲਬ ਜਿਹੜਾ ਤੁਸੀਂ ਓਵਰਟੇਕ ਕਰਨਾ ਵੀ ਉਹ ਪੂਰਾ ਹੋ ਸਕੇ। ਇਸ ਕਰਕੇ ਵੀ ਬੇਰੋ ਇਲ ਕੁੰਦੂ ਚੈਨ ਤੇ ਕਹਿੰਦੇ ਹਨ ਸੁਰਪਾਸ ਸਾਰੇ ਦੇਵੇ ਵੱਲ ਉਤਾਰੇ ਵੱਲ ਉਤਾਰੇ ਹੁੰਦੇ ਉਹਨੂੰ ਹਿਸਾਬ ਤੋਲ ਲੈਣਾ ਨਾਪ ਤੋਲ ਲੈਣਾ ਲੋ ਸਪਾਸਿਓ ਨੇ ਚਸਾਰੀਓ ਪਿਰਲਾ ਮਨੋਬਰਾ ਸਪਾਸਿਓ ਨੇ ਸਪਾਸਿਓ ਹੁੰਦੀ ਜਗ੍ਹਾ ਨਿਤ ਸਿਆਰੇ ਜਿੰਨੀ ਦੀ ਲੋੜ ਆ ਮਨੋਬਰਾ ਜਿਹੜਾ ਤੁਸੀਂ ਕੰਮ ਕਰਨ ਜਿਹੜੇ ਓਵਰਟੇਕ ਕਰਨ ਲਈ ਜਿੰਨਾ ਜਿੰਨੀ ਜਗ੍ਹਾ ਜਿੰਨੀ ਦੂਰ ਚਾਹੀਦੀ ਉੱਨੀ ਹੋਵੇ। ਅੰਕੇ ਇਨ ਰੇਲਾਸਿਓ ਨੇ ਹੁੰਦਾ ਮੱਦੇਨਜ਼ਰ ਰੱਖਦੇ ਹੋਏ ਆਲਾ ਡਿਫਰੈਂਸਾ ਦੀ ਵੇਲੋਚਿਤਾ ਆਪਣੀ ਜਿਹੜੀ ਸਪੀਡ ਦੀ ਆ ਵੇਲੋਚਿਤਾ ਹੁੰਦੀ ਸਪੀਡ ਵੀ ਮੇਰੀ ਗੱਡੀ ਮੋਰਲੀ ਗੱਡੀ ਜਾਂ ਪਿਛਲੀ ਮੋਰਲੀ ਗੱਡੀ ਦੀ ਸਪੀਡ ਕਿੰਨੀ ਆ ਜੀ। ਤਰਾ ਪ੍ਰੋਪਰੀਓ ਵਹੀਕਲੋ ਇਕੁਅਲ ਦਾ ਸੁਰਪਰਸਾ ਰਹੇ ਆਪਣੀ ਗੱਡੀ ਅਤੇ ਜਿਸ ਗੱਡੀ ਨੂੰ ਅਸੀਂ ਓਵਰਟੇਕ ਕਰਨਾ ਉਹਨਾਂ ਦੋਵਾਂ ਗੱਡੀਆਂ ਦੀ ਕਿੰਨੀ ਸਪੀਡ ਆ। ਕਹਿਣ ਦਾ ਭਾਵ ਆ ਵੀ ਤੁਹਾਡੀ ਗੱਡੀ ਮੰਨ ਲਓ 30 'ਤੇ ਜਾ ਰਹੀ, ਮੰਨ ਲਓ 100 'ਤੇ ਮੋਰਲੀ ਗੱਡੀ ਜਾ ਰਹੀ ਹੈ ਅਤੇ ਤੁਸੀਂ ਓਵਰਟੇਕ ਕਰਨ ਲੱਗੇ 110 'ਤੇ, ਇੱਦਾਂ ਇਹ ਹਿਸਾਬ ਲਾ ਕੇ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ। ਇਲ ਕੁੰਦੂ ਚੈਨ ਦੇ ਕੇ ਇੰਦੇ ਅਤੇ ਸੁਰਪਰਸਾ ਰਹੇ ਦੇਵੇ ਵੱਲ ਉਤਾਰੇ ਲੁਸਪਾਸਿਓ ਨੇ ਸਾਰੀ ਇਹ ਤਾਂ ਆਪਾਂ ਕਰ ਲਿਆ ਕੋਇਲੋ ਦਾ ਸੁਰਪਰਸਾ ਨੇ। ਹਾਂਜੀ ਇਲ ਕੁੰਦੂ ਚੈਨ ਤੇ ਇੰਤੈਨ ਦੇ ਸੁਰਪਾਸ ਆ ਰਹੇ ਜਾਣੀ ਜਿਸ ਬੰਦੇ ਨੇ ਓਵਰਟੇਕ ਕਰਨਾ ਦੇਵੇ ਤਿੰਨੇ ਕੋਣ ਤੋਂ ਉਹਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਦੀ ਇਵੈਂਟੁਅਲੀ ਵਹੀਕਲ ਕਿ ਹੋਰ ਗੱਡੀਆਂ ਕਿ ਪ੍ਰੋਵੈਂਗ ਨੂੰ ਦਾਲਾ ਦੀ ਰਿਥ ਨੂੰ ਓਪੋਸਤਾ ਉਹਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਉਹਦੀ ਓਪੋਜ਼ਿਟ ਸਾਈਡ ਤੋਂ ਹੋਰ ਵੀ ਗੱਡੀਆਂ ਆ ਰਹੀਆਂ। ਕਹਿਣ ਦਾ ਭਾਵ ਆ ਜਿੱਦਾਂ ਹੁਣ ਅਸੀਂ ਸਿੱਧੇ ਜਾ ਰਹੇ ਹਾਂ ਅਗਰ ਓਵਰਟੇਕ ਕਰਨਾ ਆਪਾਂ ਖੱਬੇ ਪਾਸੇ ਹੋ ਕੇ ਕਰਨਾ ਫਿਰ ਮੂਹਰੋਂ ਸਾਡੇ ਕੋਈ ਹੋਰ ਗੱਡੀ ਵੀ ਆ ਸਕਦੀ ਦੂਸਰੀ ਲਾਈਨ 'ਚ ਇਹ ਵੀ ਵੇਰ ਇਸ ਕਰਕੇ। ਇਲ ਕੁੰਦੂ ਚੈਨ ਤੇ ਕਹਿੰਦੇ ਹਨ ਤੇ ਸੁਰਪਾਸ ਸਾਰੇ ਦੇਵੇ ਵੱਲ ਉਤਾਰੇ ਉਹਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਪੈਂਦਾ ਲੋ ਸਪਾਸਿਓ ਨੀਚੇ ਸਾਰੀਓ ਇਨ ਰੇਲਾਸਿਓ ਨੇ ਮੱਦੇਨਜ਼ਰ ਰੱਖਦੇ ਹੋਏ ਲੁੰਗੈਸਾ ਦਲ ਪ੍ਰੋਪਰ ਵਹੀਕਲੋ ਵੀ ਤੁਹਾਡੀ ਜਿਹੜੀ ਗੱਡੀ ਹੈ ਕਿੱਡੀ ਲੰਬੀ ਆ। ਛੋਟੀ ਗੱਡੀ ਉਹਨੂੰ ਘੱਟ ਜਗ੍ਹਾ ਚਾਹੀਦੀ ਹੈ ਓਵਰਟੇਕ ਕਰਨ ਨੂੰ, ਬੜੀ ਗੱਡੀ ਆ ਮੰਨ ਲਓ ਤੁਸੀਂ ਟਰੱਕ ਨਾਲ ਓਵਰਟੇਕ ਕਰਨ ਲੱਗੇ ਕਹਿਣ ਦਾ ਮਤਲਬ ਭਾਵ ਵੀ ਤੁਹਾਨੂੰ ਜ਼ਿਆਦਾ ਜਗ੍ਹਾ ਦੀ ਲੋੜ ਆ।
ਇਹ ਕੋਇਲੋ ਦਾ ਸੁਰ ਪਰਸ ਆ ਰਿਹਾ। ਮੈਂ ਮੰਨ ਲਓ ਤੁਹਾਡੇ ਕੋਲ ਗੱਡੀ ਆ, ਪੁੰਤੋ ਰੱਖ ਲਓ ਜਾਂ ਜੀਪ ਰੱਖ ਲਓ, ਜਿਹੜੀ ਵੀ, ਪਰ ਤੁਸੀਂ ਓਵਰਟੇਕ ਟਰੱਕ ਨੂੰ ਕਰਨ ਜਾ ਰਹੇ ਹੋ, ਇਸ ਕਰਕੇ ਤੁਹਾਨੂੰ ਉਹਲੇ ਜ਼ਿਆਦਾ ਲੋੜ ਆ। ਇਹ ਵੀ ਗੱਲ ਇਸ ਕਰਕੇ ਸਹੀ ਹੈ। ਇਹ ਕੁੰਦੂ ਚਾਹੁੰਦੇ ਕਿ ਇੰਦੇ ਇੰਦੇ ਸੁਰ ਪਰਸ ਆ ਰਹੇ, ਜਿਹੜਾ ਬੰਦਾ ਓਵਰਟੇਕ ਕਰਨਾ ਚਾਹੁੰਦਾ ਦੇਵੇ ਚਿਰਤਾਰ ਸੀ, ਉਹਨੂੰ ਇਸ ਗੱਲ ਨੂੰ ਕਲੀਅਰ ਕਰਨਾ ਚਾਹੀਦਾ। ਕੇਲਾ ਲਾਰ ਗਿਆ ਸਦਾ ਲੈ ਕਰ ਜਾਤਾ, ਵੀ ਜਿਹੜਾ ਸੜਕ ਦੀ ਚੌੜਾਈ ਆ, ਕੌਨਸੈਂਟਾਂ ਲਾ ਮਨੋਵਰਾ ਇਨ ਕੌਂਦੀਸੀਓਨ ਦੀ ਸਿਕੁਲੈਤ ਸਭ, ਜਿਹੜੀ ਸੜਕ ਦੀ ਚੌੜਾਈ ਆ, ਸਾਨੂੰ ਓਵਰ ਟੇਕ ਕਰਨਾ, ਯਾਨੀ ਕਿ ਬਹੁਤ ਸੁਰੱਖਿਆ ਦੇ ਵਿੱਚ ਅਸੀਂ ਓਵਰਟੇਕ ਕਰ ਸਕੀਏ, ਵੀ ਸਿਕਿਉਰਿਟੀ ਦੇ ਵਿੱਚ ਅਸੀਂ ਓਵਰਟੇਕ ਕਰ ਸਕੀਏ। ਇਸ ਕਰਕੇ ਵੀਰ ਇਹ ਕੁੰਦੂ ਚੇਨ 'ਤੇ ਕਹਿੰਦੇ ਇਹਦੇ ਸੁਰ ਪਰਸ ਆ ਰਹੇ, ਜਿਹੜਾ ਆਪਣਾ ਕੁੰਦੂ ਚੇਨ 'ਤੇ ਆ ਡਰਾਈਵਰ ਓਵਰਟੇਕ ਕਰਨਾ ਚਾਹੁੰਦਾ, ਦੇ ਅਚਰਤਾਰ ਸੀ, ਉਹਨੂੰ ਇਸ ਗੱਲ ਦਾ ਕਲੀਅਰ ਕਰਨਾ ਚਾਹੀਦਾ, ਇਸ ਗੱਲ ਨੂੰ, ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਨਿਸੁਨ ਸਈਆਂ ਵਾਲੇ ਵਿਅਰਤੀ ਕਾਲੇ ਵਿਏਤੀ ਨਾ ਮਨੋਵਰਾ। ਵਿਅਰਤੀ ਕਾਲੇ ਹੁੰਦਾ ਜਿਹੜਾ ਉੱਤੇ ਨੂੰ ਲੱਗਾ ਹੈ, ਉਰਜੀਜ਼ੰਤਾਲੇ ਜਿਹੜਾ ਲੰਮਾ ਪਿਆ, ਕਹਿਣ ਦਾ ਭਾਵ ਸੌਖੇ ਤਰੀਕਿਆਂ ਦੇ ਵਿੱਚ ਵੀ ਕੋਈ ਵੀ ਮੂਹਰੇ ਸਿਗਨਲ ਇਹ ਨਾ ਲਿਖਿਆ ਹੋਵੇ ਕਿ ਤੁਸੀਂ ਓਵਰਟੇਕ ਇੱਥੇ ਕਰਨ ਦੀ ਮਨਾਹੀ ਹੈ, ਇਸ ਗੱਲ ਦਾ ਤੁਸੀਂ ਖਿਆਲ ਰੱਖਣਾ। ਹੁਣ ਅਸੀਂ ਫਾਲਸੋ ਦੇਖਦੇ ਇਹਨਾਂ ਦੇ ਵਿੱਚ, ਇਲ ਕੁੰਦੂ ਚਿੰਤਕ ਇੰਦਿਆਂ ਦੇ ਸੁਰ ਪਰਸ ਆ ਰਹੇ, ਜਿਹੜਾ ਬੰਦਾ ਦੇ ਵਿੱਚ ਚੜਦਾਰ ਸੀ, ਉਹਨੂੰ ਖਿਆਲ ਰੱਖਣਾ ਚਾਹੀਦਾ ਕਿਸ ਗੱਲ ਦਾ, ਸਿੰਪਲੀ ਜੇ ਮੈਂ ਤੇ ਸਿਰਫ ਸਧਾਰਨ ਨੋਰਮਲੀ ਕਿ ਨਿਸੁਨ ਪ੍ਰੋ ਵਹੀਕਲ ਪ੍ਰਵੇਂਗਾ ਦਾਲਾ ਦ੍ਰਿਸ਼ ਉਹਨੇ ਉਪੋਸਤਾ, ਇਹ ਲਿਖਿਆ ਵੀ ਸਿੰਪਲੀ ਚਿਮੈਂਤ, ਸਿਰਫ ਸਾਨੂੰ ਇਸੇ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਮੂਹਰਲੀ ਪਾਸਿਓਂ ਕੋਈ ਗੱਡੀ ਨਹੀਂ ਆ ਰਹੀ। ਇਹ ਫਾਲਸੋ ਇਸ ਕਰਕੇ ਕਿਉਂਕਿ ਸਾਨੂੰ ਪਿਛਲੀਆਂ ਗੱਡੀਆਂ ਦਾ ਵੀ ਦੇਖਣਾ ਚਾਹੀਦਾ ਵੀ ਕਿਸੇ ਨੇ ਲਾਇਆ ਨਾ ਹੋ। ਇਲਕੁੰ ਦੂਛੇ ਤੇ ਕਹਿੰਦੇ ਹਨ ਸੁਰਪਰ ਸਾਰੇ ਆ ਕੋਮੇ ਉਨੀ ਕੋ ਓਬਲੀਗੋ ਦੀ ਅਚਿਓਨ ਆ ਰਹੀ ਇੰਦੀ ਕਾ ਤੋਰੇ ਦੀ ਰਚਿਓਨ। ਇਹ ਫਾਲਸੋ ਕਿਉਂ? ਕਿਉਂਕਿ ਇਹ ਨਹੀਂ ਇੱਥੇ ਲਿਖਿਆ ਜੀ, ਸਿਰਫ ਉਹਦੀ ਉਨੀ ਕੋ ਓਬਲੀਗੋ ਇਹ ਆ, ਉਹਨੀ ਕੋਬਲੀ ਕੋਈ ਦੀ ਇਹ ਆ ਵੀ ਉਹਨੇ ਸਿਰਫ ਅਤੇ ਸਿਰਫ ਆਹੀ ਲਾਣਾ ਆ, ਵੀ ਫਰਿੱਜੇ ਲਾਣੇ, ਹੋਰ ਉਹਨੇ ਕੁਛ ਨਹੀਂ ਕਰਨਾ, ਇਸ ਕਰਕੇ ਇਹ ਫਾਲਸ ਹੋਇਆ। ਇਲ ਕੁੰਦੂ ਚੈਂਥੇ ਕਹਿੰਦੇ ਦੇ ਸੁਪਰਾ ਸਾਰੇ ਦੇਵੇ ਉਨੀ ਕਾ ਮਿਹਨਤ ਨਹੀਂ ਲਿਖਿਆ, ਸਿਰਫ ਅਚਰਤਾਰ ਸੀ ਕਿ ਨੋਮ ਵੀ ਸਿਆ ਨਿਸੁਨ ਸਿੰਘ ਵਾਲੇ ਦੀ ਦਿਵਿਅਤ ਦੀ ਸੁਰਪਰਸ। ਅੱਛਾ, ਇਹ ਫਾਲਸ ਹੋ ਇਸ ਕਰਕੇ ਹੋਇਆ ਜੇ ਇੱਥੇ ਲਿਖਿਆ ਹੁੰਦਾ ਦੇਵੇ ਅਚਰਤਾਰ ਸੀ ਕਿ ਨੋਮ ਸਿਆ ਨਿਸੁਨ ਸਿੰਘ ਵਾਲੇ ਦੀ ਇਹ ਸੁਰਪਰਸ, ਇਹ ਫਾਲਸ ਹੋ ਇਸ ਕਰਕੇ ਕਹਿੰਦੇ ਸਿਰਫ ਅਤੇ ਸਿਰਫ ਉਹਨੇ ਇਹੀ ਦੇਖਣਾ ਵੀ ਇੱਥੇ ਓਵਰਟੇਕ ਕਰਨ ਦੀ ਮਨਾਹੀ ਤਾਂ ਨਹੀਂ, ਇਸ ਕਰਕੇ ਫਾਲਸ ਹੋਇਆ, ਕਿਉਂਕਿ ਹੋਰ ਵੀ ਬਹੁਤ ਚੀਜ਼ਾਂ ਦੇਖਣ ਵਾਲੀਆਂ, ਜਿੱਦਾਂ ਕੋਈ ਬੰਦਾ ਓਵਰਟੇਕ ਨਹੀਂ ਕਰ ਰਿਹਾ, ਤੁਹਾਡੇ ਅੱਗੇ ਜਗ੍ਹਾ ਹੈਗੀ ਹੈ ਕਿ ਨਹੀਂ ਹੈਗੀ, ਤੁਹਾਡੀ ਮੋਹਰਲੀ ਗੱਡੀ ਦੀ ਲੰਬਾਈ ਕਿੰਨੀ ਹੈ, ਤੁਹਾਡੀ ਗੱਡੀ ਦੀ ਲੰਬਾਈ ਕਿੰਨੀ, ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਓਵਰਟੇਕ ਕਰਨਾ ਚਾਹੀਦਾ। ਮਾਊਸ ਪਤਾ ਨਹੀਂ ਕਿੱਥੇ ਚੱਲ ਕਿਤੇ, ਇਸ ਕਰਕੇ ਇਹ ਫਾਲਸ ਹੋਇਆ। ਹੁਣ ਅਗਲੇ ਸਵਾਲ ਵੱਲ ਚੱਲਦੇ ਹਾਂ ਆਪਾਂ। ਵਾਹਿਗੁਰੂ ਜੀ, ਪ੍ਰੀਮਾ ਦੀ ਨਿੱਚਿਆ ਰਹੇ ਉਹਨਾਂ ਮਨੋਵਰਾ ਦੀ ਸੁਰਬਾਸੋ, ਦਿਲਜੀਤ ਦੇ ਗਾਣੇ ਚੱਲਦੇ ਇਸ ਕਰਕੇ, ਚਲੋ ਕੋਈ ਗੱਲ ਨਹੀਂ। ਪ੍ਰੀਮਾ ਦੀ ਨਿੱਚਿਆ ਰਹੇ ਮਨੋਵਰਾ ਦੀ ਸੁਰਬਾਸੋ, ਮਨੋਵਰਾ ਦੀ ਸੁਰਬਾਸੋ ਕੇ ਓਵਰਟੇਕ ਕਰਨ ਤੋਂ ਪਹਿਲਾਂ ਉਹ ਕੋਰੇ ਅਚਿਓਨਾਰੇ ਇੰਦੀ ਕਤੋਰੇ ਦੀ ਦਿਰਿਚੋਨ, ਉਹ ਕੋਰੇ ਹੁੰਦਾ ਪੇ ਲੋੜ ਆ, ਉਹ ਕੋਰੇ ਅਚਿਓਨਾਰੇ ਮਤਲਬ ਇੱਥੇ ਹੁੰਦਾ ਵੀ ਲਾਣਾ, ਇੰਡੀਕੇਟਰ ਦੀ ਦਿਰਿਚੋਨ ਵੀ ਜਿਸ ਡਾਇਰੈਕਸ਼ਨ ਵਿੱਚ ਤੁਸੀਂ ਮੁੜਨਾ ਉਸ ਡਾਇਰੈਕਸ਼ਨ ਦਾ ਇੰਡੀਕੇਟਰ ਲਾ ਦਿਓ। ਲਾ ਮਨੋਵਰਾ ਦੀ ਸੁਰਪਾਸੋ ਸੀ ਹੇਤੂ ਆ ਦੀ ਨੋਰਮ ਅਸੀਂ ਇਸ ਤਰ੍ਹਾਂ ਵੀ ਓਵਰਟੇਕ ਅਸੀਂ ਨੋਰਮਲੀ ਖੱਬੇ ਪਾਸੇ ਕਰਦੇ ਹਾਂ, ਇਸ ਕਰਕੇ ਵੀ ਇਹ ਸੁਰਪਾਸੋ ਸੀ ਫੇਤ ਤਿੰਨਿੰਦ ਅਧੇ ਗੁਆਤਾ ਦਿਸਤਾਂਸ, ਅਧੇ ਗੁਆਤਾ ਹੁੰਦਾ ਵੀ ਤਕਰੀਬਨ ਤਕਰੀਬਨ ਠੀਕ ਠਾਕ, ਵੇ ਨਹੀਂ ਪਏ ਕੱਟ, ਤੁਸੀਂ ਨੇੜਿਓਂ ਜਾ ਕੇ ਮਾਰੋ। ਲਤੇਰਾਲੇ ਦਲ ਵੇਈ ਕੋਲੋਂ ਕੇਸੀ ਸੁਰਪਾਸ, ਲਤੇਰਾਲੇ ਹੁੰਦਾ ਸਾਈਡ ਤੋਂ, ਵੀ ਸਾਈਡ ਤੋਂ ਤੁਸੀਂ ਇਹ ਨਹੀਂ ਪਿਆ ਉਹਨਾਂ ਦੇ ਨਾਲੇ ਸ਼ੀਸ਼ਿਆਂ 'ਚ ਝਟਿੱਟਾ ਮਾਰ ਕੇ ਲੰਘ ਜਾਓ, ਇੱਦਾਂ ਨਹੀਂ ਫਾਇਦੇ ਗੁਆ ਤਾਂ ਦਿਸਤਾਂ ਸਰ, ਫਿਰ ਠੀਕ ਉਦੋਂ ਦਿਸਤਾਂ ਸਰ, ਕੋਈ ਵੀ ਨਹੀਂ ਪਏ ਜ਼ਿਆਦਾ ਹੀ ਚੌੜਾ ਹੋਵੇ ਪਰ ਠੀਕ ਹੋਵੇ ਕਿ ਤੁਹਾਡੀਆਂ ਗੱਡੀਆਂ ਉਸ ਵਿੱਚ ਨਾ ਫਿੜਨ। ਦੋਪੋ ਅਵੇਰੇ ਫਿੱਤੂਆ ਤੋਂ ਨਾ ਮਨੋਵਰਾ ਦੀ ਸੁਰਪਾਸ ਤੋਂ, ਜੇ ਤੁਸੀਂ ਓਵਰਟੇਕ ਕਰਨਾ ਖਤਮ ਕਰ ਦੇਣਾ। ਇਲ ਕੁੰਦੂ ਚਿੰਤੇ ਦਿਲ ਵੇਈ ਕੋਲੋਂ ਦੇਵੇ, ਜਿਹੜਾ ਆਪਣਾ ਬੰਦਾ ਆ ਡਰਾਈਵਰ ਆ ਦੇਵੇ, ਰਿਪੋਰਟ ਤਾਰ ਸੀ ਆ ਦੇਸ਼ ਤਰ੍ਹਾਂ, ਉਹਨੂੰ ਸੱਜੇ ਪਾਸੇ ਆਉਣਾ ਚਾਹੀਦਾ, ਆਪੇ ਨਾ ਪੋਸੀਬਲ ਜਦੋਂ ਉਹਨੂੰ ਹੋ ਸਕੇ, ਸੈਂਸਾ ਕਰਿਆ ਰੇ ਪੇਰੀ ਕੋਲੋਂ ਉਹ ਇੰਤਰਾਲ 'ਚੋਂ, ਵੀ ਬਿਨਾਂ ਉਹ ਕੋਈ ਖਤਰਾ ਬਣੇ ਜਾਂ ਕਿਸੇ ਲਈ ਅੜਚਣ ਹੋਣ ਬਣਦੇ ਹੋਏ ਕੰਮ ਕਰਾ ਕੋਈ ਇੰਤਰਾਲ 'ਚੋਂ ਜਾਂ ਫਿਰ ਖਤਰਾ ਬਣਦੇ ਹੋਏ ਇਹਨਾਂ ਨੂੰ, ਉਹਨੂੰ ਆਪਣੇ ਸੱਜੇ ਪਾਸੇ ਆ ਜਾਣਾ ਚਾਹੀਦਾ। ਇਸ ਕਰਕੇ ਮਨੋਵਰਾ ਦੀ ਸੁਰਪਾਸ ਨੋਮ ਵਾ ਇਹ ਫਿੱਤੂਆ ਤਾਂ ਵੀ ਉਸ ਵੇਲੇ ਨਹੀਂ ਕਰਨਾ ਚਾਹੀਦਾ, ਸੇਲੋ ਸਪਾਸਿਓ ਵਿਜ਼ੂ ਬਿਜ਼ੀ ਵੀਲੇ ਰਿਜ਼ੂਲਟ ਇਨ ਸੁਪੈਂਦੇ, ਵੀ ਤੁਹਾਡੇ ਜਿਹੜਾ ਸਾਹਮਣੇ ਤੁਹਾਨੂੰ ਆਪਣੇ ਦੇਖਣ ਨੂੰ ਆ ਰਿਹਾ ਆਪਣਾ ਸਪਾਸਿਓ ਦਾ ਜਗ੍ਹਾ ਤੁਹਾਨੂੰ ਲੱਗਦੀ ਵੀ ਘੱਟ ਵਾ, ਫਿਰ ਤੁਹਾਨੂੰ ਓਵਰਟੇਕ ਨਹੀਂ ਕਰਨਾ ਚਾਹੀਦਾ। ਫਿਰ ਕੁੰਪਲੇ ਤਾਰੇ ਇਨਸਿਕਿਉਰਿਟੀ ਸਭ, ਵੀ ਤੁਹਾਨੂੰ ਜੇ ਲੱਗੇ ਵੀ ਤੁਹਾਨੂੰ ਘੱਟ ਵਾ ਨਾ ਮੂਹਰੇ ਜਗ੍ਹਾ ਓਵਰਟੇਕ ਕਰਨ ਲਈ, ਤਾਂ ਫਿਰ ਤੁਹਾਨੂੰ ਓਵਰਟੇਕ ਨਹੀਂ ਕਰਨਾ ਚਾਹੀਦਾ। ਲਾ ਮਨੋਬਰਾ ਦੀ ਸੁਰਪਾਸੋ ਵਾ
La manovra di sorpasso, overtake, non va effettuata né karna chahida se la carreggiata non è sufficientemente larga. Larga honda, chauda carreggiata honda. Apni sadak je sadak tuhanu lagge ve takriban puri chaudi nahi hai ki ta phir tuhanu overtake nahi karna chahida is karke vero. Falso dekhde hain ji, il conducente che intende effettuare il sorpasso, jehda banda overtake karna chahida, a obbligo di azionare segnale acustico che da un'altra horn, e già se bandi ne vuoi take carna, un horn maran di loda. Io un horn e marna penda horcosini. Yes, carke falso. Il conducente che intende sorpassare una manovra, che intende iniziare una manovra di sorpasso, non ha obbligo di azionare indicatore di direzione. E c'è falso, che non è che in lì capi. Uno indicator l'ha di loro, non è che è falso. Dopo il sorpasso, il veicolo può immediatamente, in questo tempo, spostarsi a destra, perché se passi un giro, si taglia la strada a quello sorpassato. Che è andato a vedere la strada. Quando loro poi, la manovra di sorpasso si effettua anche se lo spazio visibile risulta insufficiente per completarla in sicurezza. Più overtake andate a farlo, poi vedete che non muore già di lì, 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 poi vedete che è consentito segnalare la manovra e camcaran di isagata ai veicoli che precedono lampeggiando con i proiettori abbaglianti che andava a chiedere un deparmato io ti overtake a lagina un maria apni headlight lake bandagardio che andava a trovare di dappa india che andava a lettare io mardo beha agorin sanu nei di canna vi overtake a lagina maria di marsa Nel seguire la manovra di sorpasso, occorre regolare la velocità apni gaddi di speed tonu osavna karni chahidi in relazione a quella del veicolo da sorpassare. Kehna matlab apni gaddi di speed jehdi thodi jis gaddi nu tusi overtake karna ohde hisab naal thonu apni speed rakhni chahidi. Eh nahi vi tusi khabbe passe hove naal di gaddi 100 te tusi 90 te ਲੈ ਕੇ ਤੁਰਿਓ ਜਾਂ ਤੁਸੀਂ ਵੀ 100 ਤੇ ਲੈ ਕੇ ਤੁਰਿਓ ਵੀ ਮੈਨੂੰ ਓਵਰਟੇਕ ਕਰਦਾ ਇਸ ਕਰਕੇ ਗਲਤ ਹੋ ਜਾਂਦਾ ਇਸ ਕਰਕੇ ਵੇਰੋ ਪਰ ਇਸ ਗੁਰੇ ਲਾ ਮਨੋਵਰਾ ਦੀ ਸਰਪਾਸੋ ਅਗਰ ਅਸੀਂ ਓਵਰਟੇਕ ਕਰਨ ਨੇ ਚੈਂਤਰੀ ਰੁਬਾਨੀ ਪਿੰਡਾਂ ਦੇ ਵਿੱਚ ਸੀ ਪੋਸ਼ਨ ਨੂੰ ਮੋਮੈਂਟਾਨੇ ਮੈਂਦੇ ਸੁਪਰਾਰੇ ਲਿਮਿਟੀ ਦੀ ਵੇਲੋਚਿਤਾ ਪਿੰਡਾਂ ਦੇ ਵਿੱਚ ਕਹਿੰਦੇ ਵੀ ਤੁਸੀਂ ਅਗਰ ਓਵਰਟੇਕ ਕਰਨਾ ਤਾਂ 50 ਦੀ ਸਪੀਡ ਨੂੰ ਤੁਸੀਂ ਟੱਪ ਸਕਦੇ ਇਹ ਫਾਲਸੋ ਕਿਉਂਕਿ ਜਿੰਨੀਆਂ ਸਪੀਡਾਂ ਜਿੱਥੇ ਹੈਗੀ ਉਹਨੂੰ ਉਨੀਆਂ ਹੀ ਰਹਿਣ ਦੋ ਨੇਰੇ ਸ਼ੁਗਰੇ ਲਾ ਮਨੋਵਰਾ ਦੀ ਸਰਪਾਸੋ ਓਵਰਟੇਕ ਕਰਨ ਵੇਲੇ bisogna mantenere strettamente a destra kehnde ji jo tu overtake karna te tu hi apne sajje passe hi raho e falso ta hai kyunki apan jehda surpasso a overtake a o khabbe passe sinistra karde hain is karke falso nelle seguire manovra di surpasso non bisogna accelerare pe jo tu overtake karde tanu apni gaddi di speed badhan di lod nahi hai e falso kyunki agar tu gaddi di speed nahi badhaoge te tu overtake nahi kar sakde is karke falso dopo il sorpasso overtake tanto bad bisogna rientrare immediatamente a destra rallentando poi jo tusi ek bande nu overtake kar le jehdi thode mohre gaddi ja rahi hai ut to bad tusi usi vele sajje passe ho jao apni gaddi di speed slow kar de false ho is karke nahi likha hai rallentando rallentare matlab hunda slow karna ve apni mohli gaddi nu overtake kar le ut to bad sajje passe apni gaddi di speed slow karke sajje passe nu ho jao false ho kyunki tusi thodi pichli jehdi gaddi hai thode vich bas sakde ho prima di rientrare nella corsia di destra dopo il sorpasso sajje passe wali lane vich dwara aan to pehla overtake karan to baad occorre controllare la posizione del veicolo sorpassato. Occorre allora controllare, checkare di posizione, position, veicolo sorpassato, genuo si overtake it, attraverso gli specchietti retrovisori. Già in una scissia, non si piace dire. Apre sagge passelli lane, invece, button to pella. Già tu si chiese gaddi no overtake carlia, sagge passelli lane, button to pella, tonno luna, capri scissia, invece, checkake, pisci gaddi di position, di lo picchini dura.
ਤੁਹਾਨੂੰ ਸੱਜੇ ਪਾਸੇ ਆ ਸਕਦੇ ਹਾਂ ਜਾਂ ਨਹੀਂ ਆ ਸਕਦੇ, ਇਸ ਕਰਕੇ ਕੀ ਕਰੋ। ਦੋਪੋ ਅਵੇਰੇ ਸ਼ਿਗੂਈ ਤੋਂ ਪ੍ਰੀਵਾ ਮਨੋਵਰਾ ਦੀ ਸੁਰਪਾਸੋ, ਜਦੋਂ ਤੁਸੀਂ ਆਪਣਾ ਪਹਿਲਾਂ ਓਵਰਟੇਕ ਕਰਦੇ ਹਾਂ। ਇਸ ਤਰ੍ਹਾਂ ਦੇ ਅਲਮੀਨੋ ਦੋ ਕੁਰਸੀ ਹੈ, ਪਰ ਸੈਂਸ ਦੀ ਮਾਰਚ ਹੈ, ਆਉਣ ਜਾਣ ਲਈ ਦੋ ਕੁਰਸੀ ਹੈ। ਹੁਣ ਨੋਨੇ ਪੋਸੀਬਲ ਇਸੇ ਗੁਰੇ ਉਨਾਲ ਤਰ੍ਹਾਂ ਸੈਂਸ ਰਿਯੰਤਰਾ ਰਿਹਾ ਤਾਂ ਇਸ ਤਰ੍ਹਾਂ ਛੇ ਨੂਨ ਸੀ ਕਰੈਲੀ ਇੰਤਰਾਲ ਚੁੱਕਿਆ ਨਾ, ਤਾਂ ਭਾਵਾ ਅਗਰ ਦੋ ਕੁਰਸੀ ਤੁਹਾਡੇ ਆਉਣ ਲਈ ਹੈ ਅਤੇ ਦੋ ਪਰਲੇ ਪਾਸੇ ਜਾਣ ਲਈ ਹੈ, ਤੁਸੀਂ ਦੋ ਇਕੱਠੇ ਓਵਰਟੇਕ ਨਹੀਂ ਕਰ ਸਕਦੇ। ਤੁਹਾਨੂੰ ਹਮੇਸ਼ਾ ਸੱਜੇ ਨੂੰ ਓਵਰਟੇਕ ਕਰਕੇ ਸੱਜੇ ਨੂੰ ਹੋ ਜਾਓ, ਫਿਰ ਓਵਰਟੇਕ ਕਰਨਾ ਤਾਂ ਜੋ ਤੁਸੀਂ ਕਿਸੇ ਲਈ ਅੜਚਣ ਨਾ ਬਣ ਸਕੋ। ਇਸ ਕਰਕੇ ਫਿਰ ਉਹ ਜਦੋਂ ਲਿਖਿਆ ਹੋਵੇ ਨਾ ਸੈਂਸੇ ਨੂਨ ਸੀ ਕਰਿਆ ਇੰਤਰਾਲ 'ਚੋਂ, ਜਾਂ ਫਿਰ ਤੁਸੀਂ ਕੀ ਕਹਿੰਦੇ ਹੁੰਦੇ, ਜਾਂ ਫਿਰ ਪੇਰੀ ਕੋਲੋਂ ਨਹੀਂ ਬਣਦੇ, ਇਹ ਵਾਲੀਆਂ ਚੀਜ਼ਾਂ ਹੋਣ ਤਾਂ ਫਿਰ ਉਹ ਹੁੰਦਾ ਜਿਹਦਾ ਮਤਲਬ ਇਹ ਵੀ ਥਾ ਤੋਂ ਫਿਤਵਾਰ ਉਨ ਸਕੂੰਦੋ ਸੁਰਪਾਸੋ ਵੀ ਕਹਿੰਦੇ ਦੂਜਾ ਓਵਰਟੇਕ ਕਰਨ ਦੀ ਮਨਾਹੀ ਹੈ। ਸੈਂਸਾ ਪ੍ਰੀਮਾ ਐਸਰ ਸੀ ਰਿਪੋਰਟਾਤੀ ਇਸ ਤਰ੍ਹਾਂ, ਫਿਰ ਪਹਿਲਾਂ ਤੁਸੀਂ ਸੱਜੇ ਪਾਸੇ ਜੇ ਨਾ ਹੋ ਤਾਂ ਕਹਿਣ ਦਾ ਭਾਵ ਇਹ ਹੈ ਜੀ ਵੀ ਤੁਸੀਂ ਇਹ ਕਹਿੰਦੇ ਵੀ ਦੋ ਲਗਾਤਾਰ ਓਵਰਟੇਕ ਅਸੀਂ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਪਹਿਲਾਂ ਸੱਜੇ ਪਾਸੇ ਆਉਣਾ ਚਾਹੀਦਾ। ਇਹ ਫਾਲਸ ਹੋ, ਇਸ ਕਰਕੇ ਆ ਸੱਜੇ ਪਾਸੇ ਸਾਨੂੰ ਆਉਣਾ ਚਾਹੀਦਾ, ਪਰ ਅਗਰ ਅਸੀਂ ਇਹ ਇੰਤਰਾਲ 'ਚੋਂ ਨਾ ਬਣਦੇ ਹੋਈ, ਕਹਿਣ ਦਾ ਮਤਲਬ ਜੇ ਪਿਛਲੀ ਗੱਡੀ ਦੇ ਵਿੱਚ ਅਸੀਂ ਜਾ ਕੇ ਫਸ ਜਾਂਦੇ ਹਾਂ ਉਹ ਤਾਂ ਆਪਣਾ ਗਲਤ ਹੋ ਜਾਂਦਾ। ਅਗਰ ਤੁਸੀਂ ਸੱਜੇ ਪਾਸੇ ਨੂੰ ਨਹੀਂ ਆ ਸਕਦੇ ਤਾਂ ਫਿਰ ਤੁਸੀਂ ਦੋ ਗੱਡੀਆਂ ਤਿੰਨ ਗੱਡੀਆਂ ਜਿੰਨੀਆਂ ਓਵਰਟੇਕ ਕਰਕੇ ਬਾਅਦ 'ਚੋਂ ਸੱਜੇ ਪਾਸੇ ਆਉਣਾ। ਵਾਹ ਬਈ, ਇਸ ਕਰਕੇ ਫਾਲਸ ਸਵਾਲ। ਸੁਰਪਾਸੋ ਆਦੇਸ਼ ਦਾ ਅਸੀਂ ਓਵਰਟੇਕ ਜਿਹੜਾ ਸੱਜੇ ਪਾਸੇ ਕਰੋ ਕਰ ਸਕਦੇ ਹਾਂ ਹਮੇਸ਼ਾ, ਜਦੋਂ ਵੀ ਆਪਾਂ ਓਵਰਟੇਕ ਕਰਨਾ ਨਾ ਗੱਡੀ ਤੋਂ ਲੰਘਣਾ, ਹਮੇਸ਼ਾ ਆ ਸਿਨਿਸਤਰਾ ਹੀ ਕਰੀਦਾ, ਖੱਬੇ ਪਾਸੇ। ਸੱਜੇ ਪਾਸੇ ਓਵਰਟੇਕ ਕਦੋਂ ਕਰੀਦਾ? ਲਾ ਮਨੋਬਰਾ ਦੀ ਸੁਰਪਾਸੋ ਦੇ ਵੇਸ਼ ਗੁਰਿਆ ਦੇਸ਼ਤਰਾ ਛੇ, ਸੱਜੇ ਪਾਸੇ ਨੂੰ ਕਹਿੰਦਾ ਛੇ, ਅਗਰ ਇੱਥੇ ਜੀ ਛੇ ਇਲ ਕੁੰਦੂ ਚੈਂਤੇ ਦਿਲ ਵਹੀਕਲੋ ਦਾ ਸੁਰਪਾਸ ਸਾਰੇ, ਜਿਹੜਾ ਜਿਸ ਗੱਡੀ ਨੂੰ ਅਸੀਂ ਓਵਰਟੇਕ ਕਰਨਾ, ਆ ਸਹੀਆਂ ਲਾ ਤੋਂ ਇੰਟੈਂਸ਼ਨ ਦੀ ਬੋਲੇਰ ਸਹੂਲਤਾ ਰਿਹਾ ਸੀ। ਇਸ ਤਰ੍ਹਾਂ ਅਸੀਂ ਕਿਸੇ ਗੱਡੀ ਨੂੰ ਸੱਜੇ ਪਾਸਿਓਂ ਉਦੋਂ ਓਵਰਟੇਕ ਕਰ ਸਕਦੇ ਹਾਂ ਜਦੋਂ ਸਾਡੀ ਮੂਹਰਲੀ ਗੱਡੀ ਨੇ ਇੰਡੀਕੇਟਰ ਲਾ ਦਿੱਤਾ ਹੋਵੇ ਵੀ ਉਹਨੇ ਖੱਬੇ ਪਾਸੇ ਮੁੜਨਾ। ਮੰਨ ਲਓ ਕਿ ਸਿੱਧਾ ਰੋਡ ਆ ਜੀ, ਸਿੱਧੇ ਰੋਡ 'ਤੇ ਨਾ ਅਸੀਂ ਜਾ ਰਹੇ ਹਾਂ, ਤੁਹਾਡੇ ਮੂਹਰਲੀ ਗੱਡੀ ਆ, ਉਹਨੇ ਖੱਬੇ ਪਾਸੇ ਨੂੰ ਮੁੜਨ ਲਈ ਸੜਕ ਦੇ ਖੱਬੇ ਗੱਡੀ ਲਾ ਲਈ ਹੈ, ਤਾਂ ਤੁਸੀਂ ਉਹਨੂੰ ਸੱਜੇ ਪਾਸੇ ਓਵਰਟੇਕ ਕਰ ਸਕਦੇ। ਇਸ ਕਰਕੇ ਵੇਰੋ ਲਾ ਮਨੋਹਰਤ ਈਸ਼ਵਰ ਪਾਸੋ ਦੇਵੇਸ਼ਰੇ ਸ਼ਿਗੂਤਾ ਦਾ ਇਸ ਤਰ੍ਹਾਂ ਪੁੱਛਦਾ, ਆਪਾਂ ਸੱਜੇ ਪਾਸੇ ਕਦੋਂ ਕਰ ਸਕਦੇ ਹਾਂ? ਛੇ ਸੁਆਉ ਤੋਂ ਸਤਰਾਹ ਦਾ ਸੈਂਸੋਨਿਕ ਆਟੋ ਸਤਰਾਹ ਦਾ ਸੈਂਸੋਨਿਕ ਵਾਲਾ ਹੋਵੇ, ਇਲ ਕੁੰਦੂ ਚੈਂਤੇ ਦਿਲ ਵਹੀਕਲੋ ਦਾ ਸੁਰਪਾਸ ਸਾਰੇ, ਜਿਸ ਓਵਰ ਜਿਸ ਗੱਡੀ ਵਾਲੇ ਨੂੰ ਅਸੀਂ ਓਵਰਟੇਕ ਕਰਨਾ ਹੈ, ਆ ਸਹੀਆਂ ਲਾ ਤੋਂ ਇੰਟੈਂਸ਼ਨ ਦੀ ਬੋਲੇ ਆਕੋ ਸਤਾਰੇ ਸਿਨਿਸ ਤਰ੍ਹਾਂ। ਕਹਿਣ ਦਾ ਭਾਵ ਕੀ ਹੈ? ਅਗਰ ਮੂਹਰਲਾ ਬੰਦਾ ਜਿਹੜਾ ਸਾਡੇ ਜਾ ਰਿਹਾ, ਉਹਨੇ ਜਾਂ ਸੱਜੇ ਖੱਬੇ ਪਾਸੇ ਨੂੰ ਮੁੜਨਾ ਜਾਂ ਖੱਬੇ ਪਾਸੇ ਉਹਨੇ ਗੱਡੀ ਲਾਉਣੀ ਹੈ, ਆਕੋ ਸਤਾਰੇ ਹੁੰਦਾ ਰੁਕਣਾ, ਫਿਰ ਉਹਨੇ ਖੱਬੇ ਪਾਸੇ ਰੁਕਣਾ। ਅਗਰ ਉਹ ਇੱਦਾਂ ਕਰਦਾ ਤਾਂ ਫਿਰ ਉਹਨੂੰ ਅਸੀਂ ਸੱਜੇ ਪਾਸੇ ਓਵਰਟੇਕ ਕਰ ਸਕਦੇ ਹਾਂ, ਸਿਰਫ ਅਤੇ ਸਿਰਫ ਉਹਨਾਂ ਕੇਸਾਂ ਦੇ ਵਿੱਚ, ਨਹੀਂ ਤਾਂ ਹਮੇਸ਼ਾ ਹੀ ਓਵਰਟੇਕ ਖੱਬੇ ਪਾਸੇ ਹੁੰਦਾ। ਫਾਲਸੋ ਦੀ ਐਸੈਮ ਪ੍ਰਵੇਤਾ ਤੋਂ ਇਫੇ ਤੁਆਰ ਲਾ ਮਨੋਵਰਾ ਦੀ ਸੁਰ ਪਾਸੋ ਅਤੇ ਇਸ ਤਰ੍ਹਾਂ ਕਹਿੰਦੇ ਜੀ ਹਮੇਸ਼ਾ ਹੀ ਇਹ ਓਵਰਟੇਕ ਸੱਜੇ ਪਾਸੇ ਕਰਨਾ ਫਾਲਸੋ, ਇਹ ਮਨਾ ਹੈ। ਇਹ ਫਾਲਸੋ ਤਾਂ ਹੈ ਕਿਉਂਕਿ ਇਹ 'ਚ ਲਿਖਿਆ ਸੈਂਪਰ, ਉੱਦਾਂ ਵੀ ਇਤਾਰੇ ਹੈਗਾ, ਪਰ ਕੁਛ ਕੇਸਾਂ ਦੇ ਵਿੱਚ ਜਿੱਦਾਂ ਅਸੀਂ ਉੱਤੇ ਦੋਗਣਾ ਹੈ, ਇਹ 'ਚ ਤੁਸੀਂ ਸੱਜੇ ਪਾਸੇ ਲੰਘ ਸਕਦੇ ਹੋ। ਲਾ ਮਨੋਹਰਾ ਦੀ ਸਿਰਫ ਪਾਸੋ ਓਵਰਟੇਕ ਕਰਨ ਦੀ ਨੋਰਮਲ ਨੋਰਮਲੀ ਤੌਰ 'ਤੇ ਕਾਨੂੰਨੀ ਤੌਰ 'ਤੇ ਇਹ ਫਿਤਵਾਰ ਸੀ ਆਦੇਸ਼ ਤਰ੍ਹਾਂ ਸੁਣ ਲਿਆ ਆਟੋ ਸਰਾਧ ਦੇ, ਫਿਰ ਆਟੋ ਸਰਾਧ ਨੇ ਤੁਸੀਂ ਸੱਜੇ ਪਾਸੇ ਤੋਂ ਓਵਰਟੇਕ ਕਰ ਸਕਦੇ, ਜ਼ਰੂਰ ਨਹੀਂ ਖੱਬੇ ਪਾਸੇ ਕਰਨਾ, ਇਸ ਕਰਕੇ ਫਾਲਸੋ ਹੈ। ਲਾ ਮਨੋਹਰਾ ਦੀ ਸੁਰਪਾਸੋ ਪੋ ਇਫੇ ਤੁਆਰ ਸੀ ਜਾਂ ਸਿਨਿਸਤਰਾ ਖੱਬੇ ਪਾਸੇ ਹੋ ਸਕਦਾ ਸੁਲਤਾਨ ਤੋਂ ਸਿਰਫ ਸ਼ੇਲ ਵੇਕਲੋ ਦਾ ਸੁਰਪਾਸ ਸਾਰੇ ਸੁਲਤਾਨ ਤੋਂ ਇਸ ਤਰ੍ਹਾਂ ਕਹਿੰਦੇ ਜੀ ਓਵਰਟੇਕ ਖੱਬੇ ਪਾਸੇ ਤੁਸੀਂ ਸਿਰਫ ਅਤੇ ਸਿਰਫ ਤਾਂ ਕਰ ਸਕਦੇ ਹਾਂ ਅਗਰ ਤੁਹਾਡੇ ਜਿਹੜੀ ਮੋਹਰ ਵਾਲੀ ਗੱਡੀ ਉਹ ਸੱਜੇ ਪਾਸੇ ਨੂੰ ਮੁੜਨੀ, ਇਸ ਕਰਕੇ ਫਾਲਸੋ, ਜ਼ਰੂਰੀ ਨਹੀਂ ਫਿਰ ਸਿਰਫ, ਇੱਥੇ ਸੁਲਤਾਨ ਤੋਂ ਕਰਕੇ ਨਹੀਂ ਲਿਖਿਆ ਸੀ, ਇਸ ਕਰਕੇ ਫਾਲਸੋ ਜੀ। ਇਹ ਨਾਉ ਤੋਂ ਸਤਰਾਹ ਦਾ ਸੀ ਪੋ ਸੁਰਪਾਸ ਸਾਰੇ ਆਟੋ ਸਰਾਧਿਆਂ 'ਚ ਅਸੀਂ ਓਵਰਟੇਕ ਕਰ ਸਕਦੇ ਹਾਂ, ਇਨ ਡਿਫਰੈਂਟੇ ਮਿਹਨਤੇ ਆਦੇਸ਼ ਤਰ੍ਹਾਂ ਸੁਨੀਸ ਤਰ੍ਹਾਂ, ਇਨ ਡਿਫਰੈਂਟੇ ਮਿਹਨਤੇ ਮਤਲਬ ਹੁੰਦਾ ਕਿ ਕੋਈ ਫਰਕ ਨਹੀਂ ਪੈਣਾ, ਸੱਜੇ ਪਾਸ ਸੱਜਾ ਹੋਵੇ ਜਾਂ ਖੱਬਾ ਹੋਵੇ, ਤੁਸੀਂ ਜਿਹੜੇ ਪਾਸੇ ਮਰਜ਼ੀ ਓਵਰਟੇਕ ਕਰ ਸਕਦੇ ਹਾਂ, ਇਸ ਕਰਕੇ ਫਾਲਸੋ। ਇਲ ਸੁਰਪਾਸੋ ਤਰਾਮੂ ਤੋਂ ਜੀਕਲੀ ਮੋਟਰਸਾਈਕਲਾਂ ਜਿਹੜਾ ਓਵਰਟੇਕ ਹੁੰਦਾ ਸੀ ਪੋ ਇਫੇ ਤੁਆਰੇ ਹੋ ਸਕਦਾ ਸੀ ਆਦੇਸ਼ ਤਰ੍ਹਾਂ ਕੈਸੀ ਨਹੀਂ ਸਰ, ਸੱਜੇ ਪਾਸੇ ਅਤੇ ਖੱਬੇ ਪਾਸੇ ਓਵਰਟੇਕ ਦੋਵੇਂ ਪਾਸਿਓਂ ਕਰ ਸਕਦੇ, ਇਸ ਕਰਕੇ ਫਾਲਸੋ। ਐਕੂਨ ਸਿੰਥੀ ਤੋਂ ਸੁਰਪਾਸ ਹੋ ਦਾ ਇਸ ਤਰ੍ਹਾਂ, ਸੱਜੇ ਪਾਸੇ ਕਹਿੰਦੇ ਜੀ ਓਵਰਟੇਕ ਕਰਨ ਦੀ ਇਜਾਜ਼ਤ ਦੇ ਮੂੰਹ ਤੋਂ ਚੀਕਲੀ ਸੇਚੀਏ
ਸੇ ਵੀ ਇਸ ਪਾਸੇ ਸੁਫੀਚੈਂਟ ਕਹਿਣ ਦਾ ਮਤਲਬ ਹੈ ਮੋਟਰਸਾਈਕਲ ਸੱਜੇ ਪਾਸੇ ਓਵਰਟੇਕ ਕਰ ਸਕਦਾ ਅਗਰ ਉਹਨੂੰ ਸੱਜੇ ਪਾਸੇ ਜਗ੍ਹਾ ਹੋਵੇ। ਫਾਲਸੋ ਜੀ ਓਵਰਟੇਕ ਹਮੇਸ਼ਾ ਹਮੇਸ਼ਾ ਖੱਬੇ ਪਾਸੋਂ ਹੀ ਹੁੰਦਾ ਇਸ ਕਰਕੇ ਫਾਲਸੋ। ਇਲ ਸੁਰਪਾਸੋ ਵਧਿਆ ਇਸ ਤਰ੍ਹਾਂ ਇੱਕੋ ਸੈਂਤੀ ਤੋਂ ਕਹਿੰਦੇ ਸੱਜੇ ਪਾਸੇ ਅਸੀਂ ਓਵਰਟੇਕ ਕਰ ਸਕਦੇ ਹਾਂ। ਕੁਆਂਦੋ ਜਿਸ ਟਾਈਮ ਜਦੋਂ ਇਲ ਫਿਲੋਬੂਸ ਬੱਸ ਇਹ ਫਿਰ ਮੂੰਹ ਪਿਰਲਾ ਸ਼ਲੀਤਾ ਜਦੋਂ ਉਹ ਰੁਕੀ ਹੁੰਦੀ ਆ ਆਪਣੇ ਪੈਸੰਜਰ ਸਵਾਰੀਆਂ ਨੂੰ ਚਾੜਨ ਲਈ। ਇਹ ਲੈ ਦਿਸ਼ੀਸਾ ਦੀ ਪੈਸੇਜੇ ਦੀ ਜਦੋਂ ਸਵਾਰੀਆਂ ਚਾੜ ਰਹੀ ਹੋਵੇ ਜਾਂ ਫਿਰ ਲਾ ਰਹੀ ਹੋਵੇ। ਅੰਕੇ ਸ਼ਿਨੋ ਨੇ ਜਿਸ 'ਤੇ ਸਲਵਾ ਜੈਨਤੇ, ਸਲਵਾ ਜੈਨਤੇ ਉਹ ਹੁੰਦਾ ਜਿਹਦੇ ਉੱਤੇ ਆਪਣੇ ਬੱਸਾਂ 'ਚੋਂ ਬੰਦੇ ਰੁਕਦੇ ਆ ਅਤੇ ਉੱਥੋਂ ਰੁਕ ਕੇ ਉਹ ਅੱਗੇ ਲੰਘਣਾ ਹੁੰਦਾ, ਉਹਨੇ ਸੜਕ ਪਾਰ ਕਰਨੀ ਹੁੰਦੀ ਹੈ। ਇਹ ਫਾਲਸ ਵਾ ਜੀ ਕਿਉਂਕਿ ਅਸੀਂ ਸੱਜੇ ਪਾਸੇ ਇਸ ਕੇਸ ਵਿੱਚ ਨਹੀਂ ਕਰ ਸਕਦੇ। ਇਲ ਸੁਰਪਾਸੋ ਦੇਸਤਰਾ ਕੌਨਸੈਂਤੀ ਤੋਂ ਕੁਆਂਦੋ ਉਸ ਟਾਈਮ ਸੇ ਫਿਰ ਕੋਰ ਰਿਹਾ ਮਸਤਰਾ ਦਾ ਐਕਸਰਾ ਬਣਾ ਸੈਂਸੋਨੀਕੋ। ਫਿਰ ਸੱਜੇ ਪਾਸੇ ਜੋ ਸੈਂਸੋਨੀਕੋ 'ਤੇ ਜਾ ਰਹੇ ਨਾ ਪਿੰਡਾਂ ਦੀ ਸ਼ਹਿਰਾਂ ਵਾਲੇ ਰੋਡਾਂ 'ਤੇ ਉਦੋਂ ਅਸੀਂ ਸੱਜੇ ਪਾਸੇ ਓਵਰਟੇਕ ਕਰ ਸਕਦੇ ਹਾਂ। ਫਾਲਸ ਵਾ ਜੀ ਨੋਨ ਸੀ ਪੋ ਸੁਰਪਸਾਰੇ ਸੁਲਾ ਦੇਸਤਰਾ ਇਲ ਤਰਾਮ ਕੇ ਮਾਰਚਾਲ ਚੈਂਤਰੋ ਦਿਲਾ ਕਰ ਜਾਤਾ। ਕਹਿੰਦੇ ਜਿਹੜੇ ਤਰਾਮ ਹੁੰਦੀ ਹੈ ਜਿਹੜੀ ਸੈਂਟਰ ਵਿੱਚ ਤੁਰਦੀ ਹੈ ਉਹਨੂੰ ਅਸੀਂ ਸੱਜੇ ਪਾਸੇ ਓਵਰਟੇਕ ਨਹੀਂ ਕਰ ਸਕਦੇ ਫਾਲਸ ਵਾ ਕਿਉਂਕਿ ਉਹਨੂੰ ਅਸੀਂ ਕਰ ਸਕਦੇ। ਲਾ ਮਨੋਵਰਾ ਦੀ ਸੁਰਪਾਸੋ ਦਿਲ ਤਰਾਮ ਜਦੋਂ ਅਸੀਂ